ਤੁਸੀਂ ਬਹੁਤ ਸਾਰੇ ਅਖਬਾਰ 'ਚ ਐਡਸ ਪੜ੍ਹੇ ਹੋਣੇ ਹਨ, ਤੇਲ ਵਿਕਦੇ ਹਨ, ਨੈੱਟ 'ਤੇ ਵੀ ਵਿਕਦੇ ਹਨ ਕਿ ਲੰਬਾ ਕਰੋ ਮੋਟਾ ਕਰੋ। ਇਹੋ ਜਿਹਾ ਕੋਈ ਵੀ ਤੇਲ ਜਾਂ ਦਵਾਈ ਨਹੀਂ ਬਣੀ ਹੈ। ਜੋ ਰੱਬ ਨੇ ਤੁਹਾਨੂੰ ਅੰਗ ਦੇ ਦਿੱਤਾ ਹੈ ਉਹ ਵੱਡਾ ਨਹੀਂ ਕੀਤਾ ਜਾ ਸਕਦਾ ਹੈ, ਜੇ ਕੀਤਾ ਜਾ ਸਕਦਾ ਹੈ ਤਾਂ ਸਿਰਫ ਆਪਰੇਸ਼ਨ ਨਾਲ ਹੀ ਕੀਤਾ ਜਾ ਸਕਦਾ ਹੈ। ਆਪਰੇਸ਼ਨ ਦੀ ਲੋੜ ਉਦੋਂ ਪੈਂਦੀ ਹੈ ਕਿ ਜੇ ਕਿਸੇ ਮਰਦ ਦੀ ਇੰਦਰੀ ਅਕੜਾਅ ਤੋਂ ਬਾਅਦ 3 ਸੈਂਟੀਮੀਟਰ ਤੋਂ ਘੱਟ ਹੋ ਗਏ, ਇੰਚ ਨਹੀਂ ਜੀ 3 ਸੈਂਟੀਮੀਟਰ ਕਹਿ ਰਿਹਾ ਮੈਂ, ਕਿਉਂਕਿ ਬੱਚਾ ਪੈਦਾ ਕਰਨ ਲਈ ਜਾਂ ਇੱਕ ਔਰਤ ਨੂੰ ਸੰਤੁਸ਼ਟ ਕਰਨ ਲਈ 3 ਸੈਂਟੀਮੀਟਰ ਦਾ ਲਿੰਗ ਹੋਣਾ ਹੀ ਬਹੁਤ ਹੈ। ਜਿਹੜੇ ਨਰਵਸ ਨੇ ਲੇਡੀਜ਼ ਦੇ ਪਾਰਟ ਦੇ ਵਿੱਚ ਉਹ ਸਿਰਫ ਪਹਿਲੇ 3 ਸੈਂਟੀਮੀਟਰ 'ਚ ਹਨ, ਉੱਥੇ ਹੀ ਫੀਲਿੰਗ ਆਉਂਦੀ ਹੈ। ਪੁਰਾਣੀ ਕਹਾਵਤ ਹੈ ਕਿ ਲੰਬਾ ਹੋਣਾ ਜਾਂ ਅੱਗੇ ਤੱਕ ਜਾਣਾ, ਇਹ ਸਭ ਬਕਵਾਸ ਗੱਲਾਂ ਹਨ, ਮਨ ਘੜਤ ਗੱਲਾਂ ਹਨ, ਕਹਾਣੀਆਂ ਹਨ, ਇਹਨਾਂ 'ਤੇ ਵਿਸ਼ਵਾਸ ਨਾ ਕਰੋ। ਹਰ ਕੰਟਰੀ ਦੇ ਮਰਦਾਂ ਦੇ ਇੰਦਰੀ ਦੇ ਸਾਈਜ਼ ਅਲੱਗ ਅਲੱਗ ਹਨ, ਕੰਟੀਨੈਂਟ ਸਾਈਜ਼ ਅਲੱਗ ਅਲੱਗ ਹਨ। ਸੋ ਕੋਈ ਮੂਵੀਜ਼ ਦੇਖ ਕੇ ਇਸ ਦੀਆਂ ਗੱਲਾਂ ਸੁਣ ਕੇ ਕੋਈ ਵਹਿਮ ਭਰਮ 'ਚ ਨਾ ਪਵੋ। ਜੇ ਕੋਈ ਤੇਲ ਮਲੇ 'ਤੇ ਇੰਦਰੀ ਲੰਬੀ ਕਰਦਾ ਹੈ ਤਾਂ ਇੰਦਰੀ ਦਾ ਮਾਸ ਅਤੇ ਹੱਥ ਦਾ ਮਾਸ ਇੱਕੋ ਚੁੱਕੇ ਹਨ, ਅਤੇ ਹੱਥ ਵੱਡਾ ਕਿਉਂ ਨਹੀਂ ਹੁੰਦਾ ਹੈ? ਸੋ ਮੈਂ ਗੱਲਾਂ ਤਾਂ ਵਾਰ ਵਾਰ ਕਹਿ ਰਿਹਾ ਕਿ ਤੁਸੀਂ ਫਾਲਤੂ ਕਿਸੇ ਵਹਿਮ ਭਰਮ 'ਚ ਨਾ ਪਵੋ, ਇਹੋ ਜਿਹੀ ਚੀਜ਼ ਕੋਈ ਨਹੀਂ ਹੈ। ਜੇ ਤੁਹਾਡੇ ਕੋਲ ਮਾਈਕਰੋਪੈਨਸ ਹੈ ਉਹ ਡਾਕਟਰ ਨਾਲ ਚੈੱਕ ਕਰਾਓ, ਉਹਨੂੰ ਦੱਸੇਗਾ ਤੁਹਾਨੂੰ ਲੋੜ ਹੈ ਜਾਂ ਲੋੜ ਨਹੀਂ ਹੈ। ਇੱਕ ਸਭ ਨੂੰ ਹੋਰ ਬੇਨਤੀ ਕਰਦਾ ਹਾਂ ਕਿ ਆਪ ਕੋਈ ਵੀ ਦਵਾਈ ਲੈ ਕੇ ਦੁਕਾਨਾਂ ਤੋਂ ਨਾ ਖਾਓ। ਤੁਹਾਨੂੰ ਜਿਹੜੀ ਦਵਾਈ ਵਿਕਦੀ ਹੈ ਉਹਦਾ ਕਾਊਂਟਰ ਉਹਨੂੰ ਵਿਆਗਰਾ ਵੇਚਦੇ ਹਨ ਡਿਫਰੈਂਟ ਡਿਫਰੈਂਟ ਨਾਵਾਂ ਦੇ ਅੰਦਰ। ਤੁਸੀਂ ਕੋਈ ਉਹਨੂੰ ਖਾਣ ਲੱਗ ਪੈਂਦੇ ਹੋ ਤੁਹਾਨੂੰ ਉਹਦਾ ਰਿਜ਼ਲਟ ਚੰਗੇ ਆਉਂਦੇ ਹਨ, ਪਰ ਹੌਲੀ ਹੌਲੀ ਉਹਦੀ ਡੋਜ਼ ਵਧਾਉਣੀ ਪੈਂਦੀ ਹੈ, ਅਸਰ ਘੱਟਣ ਲੱਗ ਪੈਂਦਾ ਹੈ, ਔਰ ਤੁਸੀਂ ਉਸ ਦਵਾਈ 'ਤੇ ਨਿਰਭਰ ਹੋ ਜਾਂਦੇ ਹੋ। ਕਈ ਇਹੋ ਜਿਹੇ ਗੋਲੀਆਂ ਹੋਰ ਮੈਡੀਸਨ ਨਾਲ ਖਾਣਾ ਵਰਜਿਤ ਹਨ। ਲਿਟਰੇਚਰ ਲਿਖਿਆ ਹੈ ਕਿ ਵਿਆਗਰਾ ਖਾਣ ਲੋਕਾਂ ਦੀ ਮੌਤ ਵੀ ਹੋਈ ਹੋਈ ਹੈ। ਉਹ ਲੋਕ ਉਹ ਸਨ ਜਿਹਨਾਂ ਨੇ ਦਵਾਈ ਆਪਣੇ ਆਪ ਖਾਧੀ, ਨਾਲ ਕੁਝ ਦਵਾਈਆਂ ਹੋਰ ਖਾ ਰਹੇ ਸਨ ਜਿਨ੍ਹਾਂ ਦੇ ਆਪਸ 'ਚ ਰਿਐਕਸ਼ਨ ਹੋਇਆ ਔਰ ਪੇਸ਼ੈਂਟਸ ਦੀ ਡੈਥ ਹੋ ਗਈ। ਸੋ ਕੋਈ ਵੀ ਦਵਾਈ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਨਾ ਲਵੋ।